ਆ ਕੇ ਹੁਣ ਤੂੰ ਦੱਸ ਇੱਥੇ ਇੱਧਰ ਗੱਲ ਕਰ ਗੱਲ ਕਰ ਇੱਧਰ ਲੈ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਆਦਾਬ, ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਅਸੀਂ ਕੋਈ ਖਾਸ ਇੰਨੀ ਦੂਰ ਨਹੀਂ, ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਜਾਣਿਆ ਮਾਣਿਆ ਇਲਾਕਾ, ਹਰਿਆ ਭਰਿਆ ਇਲਾਕਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲੈ ਕੇ ਜਾ ਰਹੇ ਹਾਂ। ਤੁਸੀਂ ਯਕੀਨ ਕਰਕੇ ਜਾਣਿਓ ਕਿ ਪੰਜਾਬ ਦੇ ਅੰਦਰ ਵੀ ਇੰਨੀਆਂ ਵਧੀਆ ਜਿਹੜੀਆਂ ਜਗ੍ਹਾ ਹੈਗੀਆਂ ਵਾ ਪਿਕਨਿਕ ਮਨਾਉਣ ਵਾਸਤੇ। ਜੇ ਤੁਸੀਂ ਇੱਕ ਦਿਨ ਦਾ ਕੋਈ ਟੂਰ ਪਲੈਨ ਕਰ ਰਹੇ ਹੋ ਪੰਜਾਬ ਵਾਸੀ ਹੋ, ਖਾਸ ਕਰਕੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਅਤੇ ਸਿਰਫ ਬਿਲਕੁਲ ਨਜ਼ਦੀਕ ਇਹ ਹੈਗਾ ਆ ਕੋਕਾਨੇਟ। ਕੋਕਾਨੇਟ ਦੀ ਐਂਟਰੀ ਵੀਰ ਹੈਗੀ ਆ 300 ਰੁਪਇਆ ਗੱਡੀ ਦੀ ਆ, ਅਤੇ 200 ਰੁਪਇਆ ਹੈਗੀ ਆ ਬਾਈਕ ਦੀ। ਖਾਸ ਕਰਕੇ ਇੱਥੇ ਆਫ ਰੋਡਿੰਗ ਵਾਸਤੇ ਆਪਾਂ ਆਉਂਦੇ ਹਾਂ, ਅਤੇ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਇਹ ਧਰਤੀ ਦੇ ਵਿੱਚੋਂ ਸੇਮ ਦਾ ਪਾਣੀ ਆ, ਅਤੇ ਇਸੇ ਤਰ੍ਹਾਂ ਕੰਟੀਨਿਊ ਵਗਦਾ ਰਹਿੰਦਾ। ਇਹਦੇ ਵਿੱਚ ਹੀ ਆਪਾਂ ਗੱਡੀ ਜਿਹੜੀ ਆ ਚਲਾਉਣੀ ਹੁੰਦੀ ਆ, ਆਫ ਰੋਡਿੰਗ ਕਰਨ ਦਾ ਬਹੁਤ ਮਜ਼ਾ ਆਉਂਦਾ। ਗੱਡੀ ਵੈਸੇ ਹੋ ਸਕੇ ਤਾਂ 4x4 ਹੀ ਇੱਥੇ ਲੈ ਕੇ ਆਓ, ਅਤੇ ਬੜਾ ਵਧੀਆ ਨਜ਼ਾਰਾ ਇੱਥੋਂ ਦਾ। ਮੌਸਮ ਵਧੀਆ, ਚਾਰੇ ਪਾਸੇ ਰੁੱਖਾਂ ਨਾਲ ਭਰੀ ਹੋਈ ਇਹ ਜਿਹੜੀ ਸੜਕ ਆ, ਸੇਮ ਦਾ ਪਾਣੀ ਜਿੱਥੋਂ ਆ ਰਿਹਾ, ਅਤੇ ਬੜਾ ਹੀ ਖੂਬਸੂਰਤ ਨਜ਼ਾਰਾ ਇੱਥੇ। ਇਸ ਟਾਈਮ ਕੋਕਾਨੇਟ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੈਦਰ ਕਿੰਨਾ ਇੱਥੇ ਕੂਲ ਆ। ਅਤੇ ਬਾਈ ਮੈਂ ਤਾਂ ਗੱਡੀ ਰਸਤਾ ਵੇਖਣ ਵਾਲੇ ਤਾਂ ਕਿਹਾ ਸੀ ਬਾਈ ਨੂੰ ਵੀ ਮੈਂ ਦੇਖਦਾ ਹਾਂ, ਪਰ ਹੁਣ ਗੱਡੀ ਤਾਂ ਲੰਘ ਗਈ ਆ, ਮੈਂ ਪਤਾ ਨਹੀਂ ਕਿੱਥੋਂ ਲੰਘਣਾ ਇੱਥੋਂ, ਦੇਖਦੇ ਹਾਂ। ਅਤੇ ਦੋਸਤੋ, ਇਸ ਤਰ੍ਹਾਂ ਹੀ ਕਾਫੀ ਲੰਬਾ ਰਸਤਾ ਅੱਗੇ ਤੱਕ ਜਾ ਰਿਹਾ, ਪਰ ਅਸੀਂ ਬਹੁਤੀ ਅੱਗੇ ਤੱਕ ਨਹੀਂ ਗਏ, ਇੱਥੋਂ ਅਸੀਂ ਗੱਡੀ ਵਾਪਸ ਕੀਤੀ ਸੀ। ਅਤੇ ਬਾਕੀ ਇੱਕ ਗੱਲ ਆ ਕਿ ਇੱਥੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ, ਤੁਹਾਨੂੰ ਆਪਣਾ ਹੀ ਸਾਰਾ ਇੱਥੇ ਅਰੇਂਜਮੈਂਟ ਕਰਕੇ ਆਉਣਾ ਪਊਗਾ। ਅਤੇ ਕਾਫੀ ਵਧੀਆ ਆ ਲੋਕੇਸ਼ਨ ਇਹਦੀ, ਕੁਦਰਤ ਦਾ ਨਜ਼ਾਰਾ ਵੇਖਣ ਵਾਲੀ ਚੀਜ਼ ਆ। ਇੰਜੋਏ ਕਰਨ ਵਾਸਤੇ ਇੱਥੇ ਆਪਣੇ ਖੁਦ ਦਾ ਸਮਾਨ ਬਣਾ ਕੇ ਲਿਆ ਕੇ ਇੱਥੇ ਖਾ ਪੀ ਸਕਦੇ ਜੇ, ਬਣਾ ਕੇ ਪਿਕਨਿਕ। ਮੈਂ ਕਹਿੰਦਾ ਜੀ ਬਾਂਦਰ ਬੜੇ ਜ਼ਿਆਦਾ ਜੀ, ਬੱਚੇ ਬਿਲਕੁਲ ਲੈ ਕੇ ਨਾ ਆਏ, ਧਿਆਨ ਨਾਲ ਸਮਾਨ ਬੱਚੇ ਨਾ ਖੋ ਕੇ ਲੈ ਜਾਣ। ਤੇ ਬਾਕੀ ਆ ਏਦਾਂ ਦਾ ਨਜ਼ਾਰਾ ਵਾ। ਗੱਡੀ ਆਪਾਂ ਅੱਜ ਲਿਆਏ ਆ ਵੀਰ ਵਾਲੀ ਨਿਸ਼ਾਨ ਟ੍ਰੈਨੋ, ਤੇ ਵਧੀਆ ਕਾਮਯਾਬ ਹੈ, ਹੈਵੀ ਗੱਡੀ ਆ। ਪਰ ਮੇਨ ਤੁਹਾਨੂੰ ਇੱਥੇ ਅਸੀਂ ਕਹਾਂਗੇ ਵੀ ਜੇ ਲਿਆਉਣੀ ਹੈ ਗੱਡੀ ਤਾਂ 4x4 ਹੀ ਲੈ ਕੇ ਆਇਓ। ਅਤੇ ਪਿੱਛੇ ਤੁਸੀਂ ਵੇਖ ਸਕਦੇ ਇੱਦਾਂ ਦਾ ਨਜ਼ਾਰਾ ਕੁਛ ਇੱਥੇ ਸਾਨੂੰ ਵੇਖਣ ਨੂੰ ਮਿਲਦਾ। ਹੁਣ ਅਸੀਂ ਕੁਛ ਲਿਆਏ ਤਾਂ ਹੈ ਨਹੀਂ, ਅਤੇ ਹੁਣ ਵੀਰ ਸਾਡਾ ਦਾਲ ਹੀ ਖਾਈ ਜਾਣ ਡਿਆ, ਦਾਲ ਦਾ ਪੈਕਟ ਮੁਕਾ ਦਿੱਤਾ। ਨਹੀਂ ਭਾਅ ਜੀ ਇੱਥੇ ਨਹੀਂ ਸੁੱਟਣਾ, ਹੈ ਨਾ, ਇਹਨੂੰ ਚੁੱਕ ਕੇ ਆਪਾਂ ਸੁੱਟਣਾ ਪੈਣਾ ਡਸਟਬੀਨ 'ਚ, ਇਹ ਕੁਦਰਤ 'ਚ ਗੰਦ ਨਹੀਂ ਪਾਉਣਾ, ਹੈ ਨਾ। ਮਾਮਾ ਅੱਗੇ ਨਹੀਂ ਪਾਇਆ ਲੋਕਾਂ ਨੇ, ਨਹੀਂ ਆਈ ਨਹੀਂ ਪਾਉਣਾ। ਅਸੀਂ ਵੱਡੇ ਮੌਂਕੀ ਹਾਂ, ਬੱਚੋ ਬੱਚੋ ਮੌਂਕੀ ਪੜੇ, ਬਾਂਦਰ ਪੜੇ ਜੀ ਇੱਥੇ। ਲੋ ਵੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ, ਅਤੇ ਆਪਾਂ ਇੱਥੇ ਹੀ ਲੰਚ ਕਰਾਂਗੇ। ਮੈਂ ਵੀਰ ਕਹਿੰਦਾ ਗੱਡੀ ਲਾ ਲੈਂਦੇ ਆਪਾਂ ਵਿੱਚ ਪਾਣੀ ਦੇ, ਅਤੇ ਪਰੌਂਠੀਆਂ ਆਪਾਂ ਲਿਆਂਦੀਆਂ ਹੋਈਆਂ ਘਰੋਂ ਨਾਲ ਜਵੈਣ ਵਾਲੇ ਆਲੂ, ਅਤੇ ਇੱਥੇ ਬਹਿ ਕੇ ਆਪਾਂ ਕਰਾਂਗੇ ਹੁਣ ਲੰਚ। ਅਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੋ ਸਲਾਹ ਦਿੰਦੇ ਹਾਂ ਵੀ ਜਿੰਨੇ ਇੱਥੇ ਆਉਣਾ ਆ ਇੱਥੇ ਆ ਕੇ ਨਾ ਕੁਛ ਵੀ ਐਕਸੈਪਟ ਕਰਿਓ, ਕਿ ਤੁਹਾਨੂੰ ਇੱਥੇ ਖਾਣ ਨੂੰ ਕੁਛ ਨਾ ਕੁਛ ਮਿਲ ਜਾਏਗਾ, ਘਰੋਂ ਹੀ ਸਾਰਾ ਅਰੇਂਜਮੈਂਟ ਕਰਕੇ ਤੁਹਾਨੂੰ ਇੱਥੇ ਆਉਣਾ ਪੈਣਾ ਆ, ਜਾਂ ਤੁਸੀਂ ਇੱਥੇ ਆ ਕੇ ਆਪਣਾ ਕੁਛ ਖਾਣ ਪੀਣ ਨੂੰ ਤਿਆਰ ਕਰ ਸਕਦੇ ਹੋ। ਵੇ ਤੂੰ ਇੱਥੇ ਸਾਡੇ ਕੋਲ ਮੰਗਣ ਆ ਗਈ ਹੈ, ਹੈਨਾ, ਤੁਹਾਨੂੰ ਇੱਥੇ ਚਾਹੀਦਾ, ਆਪਾਂ ਬਾਹਰੋਂ ਆਉਣ ਡੇ, ਇੱਦਾਂ ਨਹੀਂ ਗੱਲ ਭੰਨੀ ਆਕੜਾ ਲਿਆ, ਤੁਹਾਨੂੰ ਇੱਥੇ ਚਾਹੀਦਾ ਵਾ ਮੈਗੀ ਮੂਗੀ ਕੋਈ ਸਿਸਟਮ, ਇੱਥੇ ਖਾਣ ਪੀਣ ਨੂੰ ਕੁਰਕਰੇ ਨਿਊਡਲ ਕੋਲਡ ਡਰਿੰਕ ਬਣਾਉਣਾ ਚਾਹੀਦਾ। ਹੁਣ ਚੱਲੇ ਕਿੱਥੇ ਜੇ, ਦੱਸ ਕੇ ਜਾਓ ਇੱਧਰ, ਉਹ ਤਾਂ ਰਸਤੇ ਚੱਲ ਗਈ ਉੱਧਰ ਨੂੰ ਮੂੰਹ ਬਣਾ ਕੇ, ਹੁਣ ਤੂੰ ਦੱਸ
ਇੱਥੇ ਇੱਧਰ ਐਡੀ ਗੱਲ ਕਰ ਗੱਲ ਕਰ ਇੱਧਰ ਸੋ ਹਾਂਜੀ ਦੋਸਤੋ, ਇਹ ਸੀਗਾ ਕੂਕਾ ਨੇਟ ਦਾ ਅੱਜ ਦਾ ਸਾਡਾ ਟੂਰ, ਅਤੇ ਵਧੀਆ ਰਿਹਾ, ਕਾਫੀ ਅਸੀਂ ਇੰਜੋਏ ਕੀਤਾ ਦੋਨਾਂ ਨੇ। ਇੱਕ ਯੂਨੀਕ ਜੀ ਜਗ੍ਹਾ ਸੀ ਸਾਡੇ ਪੰਜਾਬ ਦੇ ਅੰਦਰ ਹੀ, ਅਤੇ ਕੁਦਰਤ ਦੇ ਤਰੀਕੇ ਨਾਲ ਜਿੱਥੋਂ ਪਾਣੀ ਆ ਰਿਹਾ, ਅੱਗੇ ਦੂਜੇ ਪਾਰਟ ਦੇ ਵਿੱਚ ਇਹ ਪਾਣੀ ਜਿੱਥੋਂ ਆ ਰਿਹਾ ਜਿੱਥੇ ਨਿਕਲ ਰਿਹਾ ਉੱਥੋਂ ਤੱਕ ਵੀ ਤੁਹਾਨੂੰ ਲੈ ਕੇ ਜਾਵਾਂਗੇ। ਸੋ ਜੁੜੇ ਰਹੋ ਸਾਡੀਆਂ ਸੋ ਸਾਡੀ ਇਸ ਕੁਦਰਤ ਨੂੰ, ਇਸ ਪੰਜਾਬ ਦੀ ਧਰਤੀ ਨੂੰ ਅਸਾਂ ਨੇ ਬਹੁਤ ਜ਼ਿਆਦਾ ਗੰਦਲਾ ਜਿਹੜਾ ਕਰ ਛੱਡਿਆ। ਲੋਕ ਇੱਥੇ ਆਣ ਕੇ ਗੰਦ ਪਾ ਕੇ ਜਾਂਦੇ ਨੇ, ਉਹਨਾਂ ਨੂੰ ਬੇਨਤੀ ਆ ਕਿ ਇੱਥੇ ਆਣ ਕੇ ਡਸਟਬੀਨ 'ਚ ਜੋ ਵੀ ਸੁੱਟਣਾ ਸੁੱਟੋ, ਨਾਲ ਲੈ ਕੇ ਜਾਓ। ਸੋ ਇਹ ਰਸਤੇ ਦੇ ਵਿੱਚ ਕਿਸੇ ਨੇ ਪਹਾੜਾਂ ਨੂੰ ਅੱਗ ਲਗਾਈ ਹੋਈ ਸੀ, ਬਹੁਤ ਵੱਡਾ ਨੁਕਸਾਨ ਇਹ ਵੀ ਜਿਹੜਾ ਕਰਦੇ ਨੇ ਲੋਕ ਕੁਦਰਤ ਦਾ। ਸੋ ਕੁਦਰਤ ਨੂੰ ਪਿਆਰ ਕਰੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।